ਇਹ ਕਹਿੰਦੇ ਆਮ ਆਦਮੀ ਪਾਰਟੀ ਕੋਲ ਤਜਰਬਾ ਨਹੀਂ ਹੈਗਾ, ਇਹਨਾਂ ਦੀ ਸਰਕਾਰ ਕੋਲ ਤਜਰਬਾ ਨਹੀਂ ਹੈਗਾ। ਬਿਲਕੁਲ ਸਹੀ ਕਹਿੰਦੇ ਨੇ, ਸਾਨੂੰ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ, ਸਾਨੂੰ ਟਰਾਂਸਪੋਰਟਾਂ ਦੇ ਵਿੱਚ ਲੋਕਾਂ ਦੀਆਂ ਮਿੰਨੀ ਬੱਸਾਂ ਖੋ ਕੇ ਆਪਦੀਆਂ ਬਣਾਉਣ ਦਾ ਕੋਈ ਤਜਰਬਾ ਨਹੀਂ, ਸਾਨੂੰ ਲੋਕਾਂ ਦੀ ਜਵਾਨੀ ਨੂੰ ਚਿੱਟੇ ਦੇ ਵਿੱਚ ਪਾਉਣ ਦਾ ਕੋਈ ਤਜਰਬਾ ਨਹੀਂ, ਪਰ ਸਾਨੂੰ ਸਕੂਲ ਆਫ ਐਮੀਨੈਂਸ ਬਣਾਉਣ ਦਾ ਤਜਰਬਾ ਹੈ। ਸਾਨੂੰ ਭ੍ਰਿਸ਼ਟਾਚਾਰੀ ਚਾਹੇ ਪਟਵਾਰੀ ਹੋਵੇ ਚਾਹੇ ਮੰਤਰੀ ਹੋਵੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਪਟਾਉਣ ਦਾ ਤਜਰਬਾ ਹੈ। ਸਾਨੂੰ ਲੋਕਾਂ ਦੇ ਹਿੱਸਾ ਤਾਂ ਅਸੀਂ ਪਾਇਆ ਪਰ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਇਆ, ਹੋਰ ਕਿਤੇ ਹਿੱਸਾ ਨਹੀਂ ਪਾਇਆ। ਇਹ ਮੁਕਾਬਲਾ ਕਰਨਗੇ ਸਾਡਾ, ਇਹ ਸਾਨੂੰ ਦੱਸਣਗੇ ਪੰਜਾਬ ਬਾਰੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ, ਕਿਹੜੇ ਮੂੰਹ ਨਾਲ ਬੋਲਦੇ ਨੇ, ਇਹ ਚਿੱਠੇ ਪਏ ਨੇ, ਚਿੱਠੇ ਇਹਨਾਂ ਦੇ ਹੌਲੀ ਹੌਲੀ ਕੱਢ ਰਹੇ ਹਾਂ। ਅਸੀਂ ਵੀ ਪੱਕੇ ਪੈਰੀਂ ਚੱਲਦੇ ਹਾਂ, ਦੇਖਦੇ ਹੋਵੋਗੇ ਰੋਜ਼ ਕੋਈ ਨਾ ਕੋਈ ਖਬਰਾਂ 'ਚ ਜਦੋਂ ਖਬਰ ਆਉਂਦੀ ਹੈ ਇਹੀ ਇਹੀ ਕਹਿੰਦੇ ਹੋਵੋਗੇ, ਲੈ ਵੀ ਹੁਣ ਇੱਕ ਹੋਰ ਡੰਗਤਾ ਬਈ, ਉਹਨਾਂ ਨੇ ਪੰਜਾਬ ਖਾਧਾ ਹੈ, ਪੰਜਾਬ ਲੁੱਟਿਆ ਉਹਨਾਂ ਨੇ, ਅਸੀਂ ਨਹੀਂ ਬਖਸ਼ਣਾ ਉਹਨਾਂ ਨੂੰ। ਕਿੰਨੀਆਂ ਇਹੀ ਸਕੂਲ ਕਿਤੇ ਉਹ ਅੱਜ ਉਹ ਟੀਚਰ ਕਹਿੰਦੀ ਸੀ ਇਹੀ ਸਕੂਲ ਕਿਤੇ 10 ਸਾਲ ਪਹਿਲਾਂ ਬਣਿਆ ਹੁੰਦਾ ਤਾਂ ਮੈਂ ਆਪਣੇ ਬੱਚੇ ਨੂੰ ਪਹਿਲੀ ਕਲਾਸ ਤੋਂ ਇੱਥੇ ਪੜ੍ਹਾਉਂਦੀ। ਅਸੀਂ ਕਿਹਾ ਸ਼ੁਕਰ ਕਰੋ ਜੀ ਹੁਣ ਬਣ ਗਿਆ, ਚੱਲ ਕੋਈ ਨਹੀਂ, ਦੇਰ ਆਏ ਦਰੁਸਤ ਆਏ, ਖਹਿੜਾ ਛੁੱਟਿਆ ਉਹਨਾਂ ਤੋਂ ਉਬਾਰੀਆਂ ਆਣਿਆਂ ਤੋਂ। ਆਪ ਨੂੰ ਪੰਜਾਬੀ ਨਹੀਂ ਆਉਂਦੀ, ਸਾਡੇ ਧੀਆਂ ਪੁੱਤਾਂ ਦੀਆਂ ਨੌਕਰੀਆਂ 'ਤੇ ਸਵਾਲ ਉਠਾਉਂਦੇ ਆ। ਸੋ ਇਸ ਕਰਕੇ ਕਦੇ ਕਿਹੜੀ ਪਾਰਟੀ 'ਚ ਕਦੇ ਕਿਹੜੀ ਪਾਰਟੀ 'ਚ ਮੈਂ ਉਹਦੇ ਨਾਲ ਕਰੂੰਗਾ ਗੱਠ ਜੋੜ, ਉਹ ਉਹਦੇ ਨਾਲ ਕਰ ਲੂ ਫਿਰ ਉਹਦੇ ਵਾਲੀਆਂ ਮੈਨੂੰ ਆ ਜਾਣਗੀਆਂ। ਅਸੀਂ ਗੋਟੀਆਂ ਫਿੱਟ ਕਰੀ ਗਏ ਹੁਣ ਤੱਕ, ਅਸੀਂ ਤਾਂ ਆਮ ਬੰਦੇ ਹਾਂ, ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਇਹੋ ਜਿਹੀ ਹਾਂ, MLA ਮੰਤਰੀ ਬਣਨ ਤੋਂ ਬਾਅਦ ਵੀ ਇਹੋ ਜਿਹੀ ਹਾਂ, ਪਹਿਲਾਂ ਵੀ ਇਹੋ ਜਿਹੇ ਸੀ। ਹਾਂ ਇੰਨਾ ਪਤਾ ਜੇ ਸਾਡੇ ਸਾਹਮਣੇ ਕੋਈ ਪੰਜਾਬ ਦੇ ਖਜ਼ਾਨੇ ਦਾ 1 ਰੁਪਈਆ ਵੀ ਖਾਊਗਾ ਜਾਂ ਫਿਰ ਸਾਡੇ ਧਿਆਨ 'ਚ ਆ ਗਿਆ ਕਿ ਇਹਨੇ 1 ਰੁਪਈਆ ਖਾਧਾ, ਉਹਦਾ ਫਿਰ ਵਿਆਜ ਸਮੇਤ ਖਜ਼ਾਨੇ 'ਚ ਹੀ ਵਾਪਸ ਜਾਊਗਾ, ਉਹ ਕਿਧਰੇ ਇੱਧਰ ਉੱਧਰ ਨਹੀਂ ਹੋਣ ਦਿੰਦੇ ਅਸੀਂ। ਅਸੀਂ ਬੈਠੇ ਹਾਂ ਖਜ਼ਾਨੇ ਦੀ ਰਾਖੀ 'ਤੇ, ਪੰਜਾਬ ਦੇ ਲੋਕਾਂ ਨੇ ਸਾਨੂੰ ਖਜ਼ਾਨੇ ਦੀ ਰਾਖੀ 'ਤੇ ਬਿਠਾਇਆ, ਅਸੀਂ ਰਾਖੀ ਕਰ ਰਹੇ ਹਾਂ। ਤੁਸੀਂ ਬੇਫਿਕਰ ਰਹੋ ਇਸ ਗੱਲ ਤੋਂ, ਅਸੀਂ ਉਸੇ ਖਜ਼ਾਨੇ ਨੂੰ ਜਿਹਨੂੰ ਖਾਲੀ ਕਿਹਾ ਜਾਂਦਾ ਰਿਹਾ, ਜਿਹਨੂੰ ਪੀਪਾ ਕਿਹਾ ਜਾਂਦਾ ਰਿਹਾ, ਉਸੇ ਖਜ਼ਾਨੇ ਨੂੰ ਅਸੀਂ ਭਰ ਵੀ ਰਹੇ ਹਾਂ ਅਤੇ ਉਸ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਕਰ ਵੀ ਰਹੇ ਹਾਂ। ਤਾਂਹੀਓ ਨੌਕਰੀਆਂ ਮਿਲ ਰਹੀਆਂ ਨੇ, ਤਾਂਹੀਓ ਪੱਕੇ ਕੀਤੇ ਜਾ ਰਹੇ ਮੁਲਾਜ਼ਮ, ਤਾਂਹੀਓ ਬਿਜਲੀ ਦੇ ਬਿੱਲ ਫ੍ਰੀ ਆ ਰਹੇ ਨੇ, ਤਾਂਹੀਓ ਸਕੂਲ ਵਧੀਆ ਬਣ ਰਹੇ ਨੇ, ਕਿਉਂਕਿ ਅਸੀਂ ਉਹ ਲੀਕੇਜ ਬੰਦ ਕਰ ਰਹੇ ਹਾਂ ਜਿੱਥੋਂ ਪੈਸਾ ਲੀਕ ਹੁੰਦਾ ਸੀ, ਅਸੀਂ ਖਜ਼ਾਨੇ ਭਰ ਰਹੇ ਹਾਂ। ਉਹੀ ਖਜ਼ਾਨਾ ਮੈਂ ਤਾਂ ਕਦੇ ਕਿਹਾ ਨਹੀਂ ਹੈਗਾ ਖਾਲੀ ਹੈ।